अभी सुन रहे हो चावला न्यूज नेटवर्क टोरंटो CNN टोरंटो। आप अगे वधीए वॉइस ऑफ सिटी 1320 AM ते NRI की गल कर दिंदे आ। अमेरिका दे विच गैर कानूनी भारतीयों की दाखल के वाधे दे नाल गलबात दे नाल NRI सभा विचों कढ़ाए गए सन पैसे, इहदी पुष्टि होई है, की कहना चाहोगे? ਹਾਂਜੀ, ਦੇਖੋ ਇਹ ਰੌਲਾ ਪੈ ਰਿਹਾ ਵਾ ਕਿ ਜਿਹੜੇ NRI ਮਿਲਣੀ ਦੇ ਪ੍ਰੋਗਰਾਮ ਚੱਲਦੇ ਪਏ ਨੇ ਤਾਂ ਜੀ ਉਹਦੇ ਵਿੱਚ ਕੁਛ ਇਸ ਤਰ੍ਹਾਂ ਦਾ ਪੈਸਾ ਇਸਤੇਮਾਲ ਕੀਤਾ ਜਾ ਰਿਹਾ ਵਾ ਜਿਹੜਾ ਕਿ NRI ਸਭਾ ਦਾ ਹੈ। ਤੇ ਇਹਦੀ ਹੁਣ ਪੁਸ਼ਟੀ ਕਰ ਦਿੱਤੀ ਹੈ ਕਿ ਪੰਜਾਬ ਸਰਕਾਰ ਨੇ NRI ਸਭਾ ਦੇ ਖਾਤੇ ਚੋਂ 10 ਲੱਖ ਰੁਪਇਆ ਕਢਾਇਆ ਸੀਗਾ। ਇਹਦੀ ਪੁਸ਼ਟੀ ਜਿਹੜੀ ਜਲੰਧਰ ਦੀ ਡਿਵੀਜ਼ਨਲ ਕਮਿਸ਼ਨਰ ਹੈ ਬੀਬੀ ਗੁਰਪ੍ਰੀਤ ਕੌਰ ਸਪਰਾ ਜੀ, ਉਹਨਾਂ ਨੇ ਕੀਤੀ ਹੈ ਕਿ ਇਹ ਉਤੋਂ ਆਰਡਰ ਸੀਗਾ ਤਾਂ ਅਸੀਂ ਕਢਾ ਕੇ ਯੂਜ਼ ਕੀਤਾ ਵਾ। ਤਾਂ ਦੇਖੋ ਗੱਲ ਕੀ ਹੈ ਕਿ ਮੈਨੂੰ ਹੈਰਾਨਗੀ ਹੁੰਦੀ ਆ ਕਿ ਕਈ ਵਾਰ ਇਹ ਇੰਨੀ ਕੋਝੀ ਰਾਜਨੀਤੀ ਸਾਡੀ ਕਿਉਂ ਆ ਜਿਹੜੇ ਫੰਡ। ਪਹਿਲੀ ਗੱਲ ਤੇ ਇਹ ਆ ਕਿ ਇਹ ਜਿਹੜੇ ਬਾਜਵਾ ਸਾਹਿਬ ਮੁੱਦਾ ਚੁੱਕਦੇ ਪਏ ਨੇ NRI ਸਭਾ ਵਾਲਾ, ਇਹਨਾਂ ਨੂੰ ਬੰਦਾ ਪੁੱਛੇ ਕਿ 20 ਦੇ ਵਿੱਚ ਤੁਸੀਂ ਇਲੈਕਸ਼ਨ ਕਰਵਾਇਆ ਸੀ NRI ਸਭਾ ਦਾ ਕੋਵਿਡ ਤੋਂ ਪਹਿਲਾਂ ਸ਼ਾਇਦ, ਤੇ ਜਿਹੜੇ ਮਾਨਯੋਗ ਪ੍ਰੈਜ਼ੀਡੈਂਟ ਸਾਹਿਬ ਸਨ ਤੇ ਉਹਨਾਂ ਨੇ ਕਿੰਨਾ ਕੁ ਸਮਾਂ ਬਿਤਾਇਆ ਇੱਥੇ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ NRI ਲਈ ਕਿੰਨੀਆਂ ਕੁ ਐਨੂਅਲ ਮੀਟਿੰਗਾਂ ਹੋਈਆਂ, ਕਿੰਨੀਆਂ ਕੁ ਛਮਾਈ ਮੀਟਿੰਗਾਂ ਹੋਈਆਂ, ਤੁਸੀਂ ਦੱਸ ਦਿਓ ਤੁਹਾਡੇ ਰਾਜ ਦੇ ਵਿੱਚ। 11 ਸਾਲ ਹੋ ਗਏ ਨੇ ਜ਼ਿਲ੍ਹਾ ਇਕਾਈਆਂ NRI ਦੀਆਂ ਜਿਹੜੀਆਂ ਸਭਾ ਨੇ ਉਹਨਾਂ ਸਭਾਵਾਂ ਦੀਆਂ ਇਕਾਈਆਂ ਦਾ ਗਠਨ ਹੋਏ ਨੂੰ 11 ਸਾਲ ਹੋ ਗਏ ਨੇ। 11 ਸਾਲ ਤੋਂ ਉਕਣੀ ਪਈਆਂ ਨੇ, ਉਦਾਂ ਹੀ ਪਈਆਂ ਨੇ। ਤੋ ਮਤਲਬ ਕਿ ਹੁਣ ਇਹ ਕਹਿ ਰਹੇ ਇਹ ਫੰਡ ਇਸਤੇਮਾਲ ਯਾਰ NRI ਸਭਾ, ਠੀਕ ਉਹਨਾਂ ਨੇ ਕੱਲ ਦੱਸਿਆ ਵੀ ਹੈ ਕਿ ਬਈ ਇਹ ਕੋਈ NGO ਨਹੀਂ ਹੈਗਾ, ਇਹ ਜਿਹੜਾ ਸੋਸਾਇਟੀਜ਼ ਐਕਟ ਆ ਸਾਡਾ ਉਹਦੇ ਵਿੱਚ ਰਜਿਸਟਰਡ ਇੱਕ ਸੋਸਾਇਟੀ ਆ, ਤਾਂ ਅਸੀਂ ਇਸਤੇਮਾਲ ਕਰ ਸਕਦੇ ਹਾਂ ਜਾਂ ਦੇ ਸਕਦੇ ਹਾਂ ਲੈ ਸਕਦੇ ਹਾਂ। ਉਹਨਾਂ ਨੇ ਸਪਸ਼ਟੀਕਰਨ ਦਿੱਤਾ ਸਰਕਾਰ ਵਾਲਿਆਂ ਨੇ ਕਿ ਇਸ ਤਰ੍ਹਾਂ ਦੀ ਜਿਹੜੀ ਇਲਜ਼ਾਮ ਤਰਾਸ਼ੀ ਆ ਉਹ ਬਣਿਆ ਦਿਆ। ਪਰ ਗੱਲ ਇਹ ਆ ਕਿ ਚਲੋ ਪੈਸੇ ਕਢਾ ਲਏ ਉਹਨਾਂ ਨੇ, ਪਰ ਜਾਂ ਤਾਂ ਹੋਵੇ ਨਾ ਉਸ ਪੈਸੇ ਦੇ ਨਾਲ ਉਹਨਾਂ ਨੇ ਮੁਜਰਾ ਕਰਾ ਲਿਆ NRI ਵਾਸਤੇ ਉਹਨਾਂ ਨੇ, ਠੀਕ ਆ ਉਹ ਮਤਲਬ ਕਿ ਹੋ ਸਕਦਾ ਕੋਈ ਉੱਥੇ ਕੁਤਾਹੀ ਹੋਵੇ, ਕੋਈ ਉੱਥੇ ਕਮੀ ਪੇਸ਼ੀ ਹੋਵੇ ਉਸ ਪ੍ਰੋਗਰਾਮ ਚ ਖਾਣ ਪਾਣ ਦੀ, ਪਰੰਤੂ ਗੱਲ ਇਹ ਆ ਕਿ ਉਹ ਪੈਸਾ NRI ਦੀਆਂ ਸਮੱਸਿਆਵਾਂ ਸੁਣਨ ਵਾਸਤੇ ਇਸਤੇਮਾਲ ਕੀਤਾ ਜਾ ਰਿਹਾ। ਯਾਰ ਜੇ ਕੋਈ ਆ ਕੇ ਦੁੱਖ ਰੋ ਰਿਹਾ ਹੈ ਤੇ ਮਤਲਬ ਕਿ ਪਤਾ ਤਾਂ ਲੱਗਾ ਨਾ ਸਰਕਾਰ ਨੂੰ, ਲੋਕਾਂ ਨੂੰ ਕਿ ਇਹਨਾਂ ਦੇ ਦੁੱਖੜੇ ਕੀ ਨੇ। ਬਿਲਕੁਲ, ਮੈਨੂੰ ਨੀ ਸਮਝ ਲੱਗਦੀ ਕਿਉਂ ਲੋਕ ਐਵੇਂ ਵਾਲ ਦੀ ਖੱਲ ਲਈ ਜਾਂਦੇ ਆ। ਤੋ ਗੱਲ ਇਹ ਆ ਕਿ ਰਾਜਨੀਤੀ ਕਰੋ ਕੁਛ ਮਤਲਬ ਕਿ ਸੋਚ ਸਮਝ ਕੇ ਕਰੋ ਯਾਰ। ਮੇਰੇ ਵਰਗਾ ਗੁਰਦੁਆਰੇ ਭਾਵੇਂ ਪਾਠੀ ਦੇ ਪੈਸੇ ਦੇਣੇ ਹੋਣ, ਆਪਦੀ ਮਰਗ ਦਾ ਭਾਵੇਂ ਕੋਈ ਕੀਤਾ ਹੋਵੇ ਘਰੇ ਪਾਠ, ਉਹਦੇ ਪੈਸੇ ਦੇਣੇ ਹੋਣ, ਜੇ ਉੱਥੇ ਕੋਈ ਪ੍ਰੋਗਰਾਮ ਹੋਏਗਾ ਤੇ ਜਾ ਕੇ ਕਹੇਗਾ ਕਿ ਗਰਾਈ ਦਾ ਹਿਸਾਬ ਦੇ ਮੈਨੂੰ। ਆਪ ਪੈਸੇ ਦੇਣੇ ਹੁੰਦੇ ਸਗੋਂ ਪਾਠੀ ਦੇ, ਭੇਟਾ ਵੀ ਨੀ ਪੂਰੀ ਦਿੱਤੀ ਹੁੰਦੀ। ਇਹ ਹਾਲ ਇਹਨਾਂ ਦਾ ਵਾ, ਇਹ ਹਾਲ ਇਹਨਾਂ ਦਾ ਕਿ ਮਤਲਬ ਕਿ ਆਪਦੇ ਰਾਜ ਚ ਕੀ ਕੀਤਾ ਕੀ ਨਹੀਂ ਕੀਤਾ ਉਹ ਸਾਰਾ ਕੁਛ ਭੁੱਲ ਭੁਲਾ ਕੇ, ਜੇ ਉਹ ਹੁਣ ਉਹ 3-4 ਉਹਨਾਂ ਨੇ ਪ੍ਰੋਗਰਾਮ ਕਰ ਲਏ ਆ, ਸਮੱਸਿਆਵਾਂ ਸਾਰੀਆਂ ਰਿਕਾਰਡ ਤੇ ਲਈਆਂ ਨੇ, ਲੋਕਾਂ ਨੇ ਦੁੱਖ ਰੋਏ ਨੇ, ਮੁੱਖ ਮੰਤਰੀ ਦੇ ਸਲਾਹਕਾਰ ਤੱਕ ਨੂੰ ਵੀ ਉੱਥੇ ਜਾ ਕੇ ਤੇ ਇੱਕ ਤਰ੍ਹਾਂ ਨਾਲ ਸਵਾਲਾਂ ਦੇ ਘੇਰੇ ਚ ਖੜਾ ਕੀਤਾ, ਕੀ ਮਾੜਾ ਹੋ ਗਿਆ? ਮੈਨੂੰ ਤੇ ਸਮਝ ਨਹੀਂ ਆਈ ਇਸ ਚੀਜ਼ ਦੀ। ਨਾਲੇ ਜੇ ਫੰਡ ਪਿਆ ਤੇ ਫੰਡ NRI ਸਭਾ ਦਾ, ਉਹ NRI ਵਾਸਤੇ ਕੋਈ ਸਮੋਸੇ ਤਲ ਕੇ ਥੋੜ੍ਹੀ ਉਹਨਾਂ ਨੂੰ ਖੋਣੇ ਆ। NRI ਸਮੱਸਿਆ ਦੇ ਉੱਤੇ ਜਿਹੜੇ ਜੇ ਕੋਈ ਸੈਮੀਨਾਰ ਕਰ ਰਹੇ ਨੇ ਜਾਂ ਜਿੱਥੇ ਜਾ ਰਹੇ ਨੇ ਜਿੱਥੇ ਲੋੜ ਪੈਣ ਤੇ ਉਹਦੇ ਵਾਸਤੇ ਹੀ ਹੋਣਾ, ਫੰਡ ਖਰਚਣਾ ਹੀ ਆ ਉਹਨਾਂ ਨੇ। ਹਾਂ ਬਿਲਕੁਲ, ਜੇ ਤੁਹਾਡੀ ਦੁਰਵਰਤੋਂ ਹੋਈ ਫੇਰ ਤੇ ਤੁਸੀਂ ਪੁਆਇੰਟ ਚੱਕੋ, ਉਹ ਐਵੇਂ ਤੇਰੇ ਘਰ ਨਹੀਂ ਵਸਣਾ, ਤੇਰੀ ਦਾੜੀ ਹਿਲਦੀ, ਚੰਗਾ ਕੰਮ ਕਰਦੇ ਆ ਕਰਨ ਦਿਓ। ਚਲੋ ਅੱਛਾ, ਇਹ ਗੱਲ ਤਾਂ ਹੋ ਗਈ, ਪਤਾ ਲੱਗਾ ਕਿ ਕੇਸੀ ਵੇਣੂਗੋਪਾਲ ਜਿਹੜੇ ਨੇ ਉਹਨਾਂ ਨੇ ਚਿੱਠੀ ਲਿਖੀ ਹੈ, ਪੰਜਾਬ ਨੂੰ ਸੈਂਸਿਟਿਵ ਦੱਸਿਆ ਹੈ, ਕੀ ਕਹਿਣਾ ਚਾਹੋਗੇ? ਦੇਖੋ ਇਹਨਾਂ, ਕੱਲ ਰਾਹੁਲ ਗਾਂਧੀ ਜਦੋਂ ਦਿੱਲੀ ਚ ਸੀਗਾ ਤਾਂ ਉਸ ਸਮੇਂ ਕੋਈ ਦੱਸਦੇ ਆ ਕਿ ਇਹਨਾਂ ਦੀ ਸਿਕਿਉਰਿਟੀ ਚ ਕੋਈ ਉਕਾਈ ਹੋਈ ਆ, ਤੇ ਉਹਦੇ ਤੋਂ ਇਹ ਚਿੰਤਤ ਨਜ਼ਰ ਆਏ ਨੇ। ਤੇ ਇਹਨਾਂ ਨੇ ਕਿਹਾ ਕਿ ਹੁਣ ਦੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੀ ਭਾਰਤ ਜੋੜੋ ਯਾਤਰਾ ਵਾ ਇਹ ਪੰਜਾਬ ਚੋਂ ਦਾਖਲ ਹੋ ਕੇ ਮੁੜ ਕੇ ਕਸ਼ਮੀਰ ਨੂੰ ਜਾਣੀ ਆ, ਤੇ ਇਹ ਸੂਬੇ ਸੈਂਸਿਟਿਵ ਹੈਗੇ ਨੇ ਤਾਂ ਤੁਸੀਂ ਇਹਦਾ ਪੁਖਤਾ ਪ੍ਰਬੰਧ ਕਰੋ ਸਿਕਿਉਰਿਟੀ ਵਾਲਾ। ਇੱਥੇ ਵੀ ਇਤਰਾਜ਼ ਜਤਾਇਆ ਜਾ ਰਿਹਾ ਕਿ ਯਾਰ ਤੁਸੀਂ ਪੰਜਾਬ ਨੂੰ ਕਿਉਂ ਸੈਂਸਿਟਿਵ ਲਿਖ ਰਹੇ ਹੋ। ਤਾਂ ਇਹ ਆ ਕਿ ਹੁਣ ਦੇਖੋ ਗੱਲ ਇਹ ਆ ਕਿ ਹਰੇਕ ਗੱਲ ਤੇ ਇੰਡੀਆ ਦੇ ਵਿੱਚ ਤੁਹਾਨੂੰ ਪਤਾ ਇੱਕ ਮਸਲਾ ਸ਼ੁਰੂ ਹੋ ਜਾਂਦਾ,
ਜਦੋਂ ਤੇ ਅਸੀਂ ਕਹਿੰਦੇ ਹਾਂ ਕਿ ਸਾਨੂੰ ਸਟੇਟਸ ਦਿਓ, ਸਪੈਸ਼ਲ ਸਟੇਟਸ ਦਿਓ ਕਿ ਹੱਦੀ ਸਰਹੱਦੀ ਸੂਬਾ ਹੈ ਜੀ, ਜੰਗਾਂ ਦੀ ਮਾਰ ਹੇਠ ਆਉਣ ਵਾਲਾ ਸੂਬਾ ਹੈ, ਉਦੋਂ ਸਾਰਾ ਕੁਛ ਠੀਕ ਹੈ। ਜੇ ਹੁਣ ਇੱਕ ਸ਼ਬਦ ਇਸਤੇਮਾਲ ਹੋਇਆ ਸੈਂਸਿਟਿਵ, ਤਾਂ ਪਤਾ ਨੀ ਹੁਣ ਹੋਇਆ ਵੀ ਕਿਹੜੇ ਸੰਦਰਭ 'ਚ ਹੈ। ਵੈਸੇ ਤਾਂ ਪੰਜਾਬ ਤੇ ਕਸ਼ਮੀਰ ਲਿਖਿਆ, ਦੋਨਾਂ ਵੀ ਇਹਨਾਂ ਦੋਨਾਂ ਸੂਬਿਆਂ 'ਚ ਜਾਣੇ ਆ, ਤਾਂ ਸੈਂਸਿਟਿਵ ਸ਼ਬਦ ਉਹਨਾਂ ਨੇ ਇਸਤੇਮਾਲ ਜ਼ਰੂਰ ਕੀਤਾ ਵਾ ਕਿ ਬਾਈ ਇਹਨਾਂ ਸੂਬਿਆਂ ਦੇ ਵਿੱਚ ਜਿਹੜੀ ਸਿਕਿਉਰਿਟੀ ਆ ਸਾਡੀ, ਉਹਦਾ ਪ੍ਰਬੰਧ ਪੁਖਤਾ ਕਰੋ, ਕਿਉਂਕਿ ਜਨਤਾ ਆਏਗੀ, ਜਨਤਾ ਦੀ ਸਿਕਿਉਰਿਟੀ ਬਹੁਤ ਜ਼ਰੂਰੀ ਆ, ਤੇ ਇਹਦੇ ਵਾਸਤੇ ਤੁਸੀਂ ਆਪਣਾ ਪ੍ਰਬੰਧ ਜਿਹੜਾ ਕਰੋ। ਤਾਂ ਉਹਦੇ ਤੇ ਵੀ ਕੁਛ ਇਤਰਾਜ਼ ਜ਼ਰੂਰ ਜਤਾਏ ਜਾ ਰਹੇ, ਪਰ ਜੇ ਸੈਂਸਿਟਿਵ ਹੈ ਪੰਜਾਬ ਤੁਹਾਡੀ ਨਜ਼ਰ ਦੇ ਵਿੱਚ, ਪਰ ਇੱਥੇ ਫਿਰ ਮੈਂ ਸਵਾਲ ਇਹੀ ਕਰਾਂਗਾ ਕਾਂਗਰਸੀਆਂ ਨੂੰ ਕਿ ਹੁਣੇ ਤੁਸੀਂ ਰਾਜ ਕਰਕੇ ਗਏ ਹੋ ਇੱਥੇ ਕਾਂਗਰਸ ਦੇ ਵਿੱਚੋਂ, ਹੁਣੇ ਆ ਥੋੜਾ ਚਿਰ ਹੋਇਆ ਤੁਹਾਨੂੰ, 9-10 ਮਹੀਨੇ ਹੋਏ ਆ, ਤਾਂ ਕੀ ਇਹ ਜਿਹੜਾ ਸੈਂਸਿਟਿਵ ਪੰਜਾਬ ਸੀਗਾ ਤੇ ਤੁਸੀਂ ਇਹਨੂੰ ਠੀਕ ਨਹੀਂ ਕਰ ਸਕੇ? ਇਹਨਾਂ ਤੇ ਵੀ ਇਹ ਸਵਾਲ ਲਾਗੂ ਹੋਏਗਾ ਕਿ ਜੇ ਇਸ ਤਰ੍ਹਾਂ ਦਾ ਮਾਹੌਲ ਹੈ ਤੁਹਾਨੂੰ ਕਿੱਥੇ ਲੱਗਦਾ ਵਾ। ਵੈਸੇ ਤੇ ਮਾਹੌਲ ਦੇਖੋ, ਕੋਈ ਕੁਛ ਵੀ ਕਹੇ, ਮਾਹੌਲ ਤਾਂ ਡਰਾਵਣਾ ਬਣ ਹੀ ਜਾਂਦਾ ਹੈ ਨਾ। ਆ 4-5 ਹੱਤਿਆਵਾਂ ਐਸ ਸਾਲ ਦੇ ਵਿੱਚ ਹੋਈਆਂ ਜਿਨ੍ਹਾਂ ਨੇ ਥਰ ਥਰ ਹੀ ਲਿਆ ਦਿੱਤੀ ਆ ਜੀ, ਇਹ ਥਰ ਥਰ ਲੋਕ ਕੰਬ ਗਏ ਸੀਗੇ। ਤਾਂ ਗੱਲ ਇਹ ਆ ਕਿ ਕੁਛ ਚੀਜ਼ਾਂ ਤੇ ਹੁੰਦੀਆਂ ਨੇ, ਉਹ ਹਰੇਕ ਸੂਬੇ ਚ ਹੁੰਦੀਆਂ ਨੇ, ਪਰ ਪੰਜਾਬ ਜੇ ਤੁਸੀਂ ਉੱਦਾਂ ਦੇਖੋਗੇ ਤਾਂ ਇਹੋ ਜਿਹਾ ਕੁਛ ਨਹੀਂ ਹੈ ਕਿ ਕੋਈ ਫਿਰਕੂ ਫਸਾਦ ਆ ਜਾਂ ਕੋਈ ਬਹੁਤ ਜ਼ਿਆਦਾ ਕੋਈ ਟੈਰਰਿਜ਼ਮ ਇੱਥੇ ਹੈਗਾ ਆ। ਆ ਸਿਰਫ ਠੀਕ ਆ ਕੁਛ ਘਟਨਾਵਾਂ ਹੁੰਦੀਆਂ, ਪਰ ਸੈਂਸਿਟਿਵ ਸ਼ਬਦ ਤੇ ਚਲੋ ਅਸੀਂ ਉਦਾਰਵਾਦਤਾ ਨਾਲ ਕਹਿ ਦਿੰਦੇ ਕਿ ਠੀਕ ਹੈ ਤੁਸੀਂ ਇਸਤੇਮਾਲ ਕੀਤਾ, ਪਰ ਤੁਸੀਂ 5 ਸਾਲਾਂ ਚ ਉਸ ਸੂਬੇ ਵਾਸਤੇ ਕੀ ਕੀਤਾ, ਉਹ ਵੀ ਤਾਂ ਸੋਚ ਕੇ ਦੇਖੋ ਨਾ। ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ, ਅਸੀਂ ਪਹਾੜਾਂ ਤੇ ਜਾ ਕੇ ਬੈਠੇ ਰਹਿੰਦੇ ਹੁੰਦੇ ਸਾਂ। ਮਿੰਟੂ ਜੀ, ਸਮਾਂ ਅੱਗੇ ਦੇ ਰਿਹਾ, ਥੋੜ੍ਹਾ ਜਿਹਾ ਬਿਹਾਈਂਡ ਅਸੀਂ ਇੱਕ ਬਹੁਤ ਇਤਿਹਾਸਕ ਓਪੇਰਾ ਨਰਿੰਦਰ ਬੀਬਾ ਜੀ ਦਾ ਸਾਂਝਾ ਕਰ ਰਹੇ ਹਾਂ ਆਪਣੇ ਰੇਡੀਓ ਪ੍ਰੋਗਰਾਮ ਦੇ ਵਿੱਚ, ਸ਼ਹੀਦੀ ਸਾਕਾ ਸਰਹੰਦ। ਸੋ ਇਸ ਕਰਕੇ ਤੁਹਾਡੇ ਕੋਲ ਵੀ ਥੋੜ੍ਹਾ ਜਿਹਾ ਸਮਾਂ ਅਸੀਂ ਲੈਣਾ। ਤੁਹਾਡਾ ਧੰਨਵਾਦ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।